सत श्री अकाल, स्वागत है थोड़े सारियां दा आज दी इस खास पेशकश दे विच। टोरंटो तो मैं हाँ जसदीप कौर। अज साडे खास मेहमान हैं दलजीत सिंह निर्माण, जिन्हां नूं सिटी ऑफ ओटवा वालों हाल ही दे विच ऑर्डर ऑफ ओटवा लई चुनिया गया है अते सिविक अवार्ड दे नाल सन्मानित किया गया है। दस दिए कि दलजीत सिंह निर्माण ओटवा पुलिस सर्विसिज बोर्ड के पहले साउथ एशियन मैंबर हैं अते पेशे तो एक वकील ने। सत श्री अकाल दलजीत जी, बहुत बहुत स्वागत है थोड़ा पीडीसी पंजाबी ते। सत श्री अकाल जसलीन जी, थैंक्स फॉर इनवाइटिंग मी। जी दलजीत जी, सब तो पहला बहुत बहुत मुबारक तो इस सिविक अवार्ड दे लई। थैंक यू जसलीन जी। जी तुहाडे तो सब तो पहला जानना चाहांगे कि इस अवार्ड लई तुहानू क्यों चुनिया गया ते इस अवार्ड दी जिहड़ी रिक्वायरमेंट है ओह की हुंदी है। जसलीन जी, सिटी ऑफ ओटवा मेयर एंड काउंसिल ने अवार्ड बनाया सीगा और इस विच वह रैकगनाइज करते हैं प्रोफेसनल अचीवमेंट्स एंड आउटस्टैंडिंग सर्विसिज ऑफ एक्सैप्शनल ओटवा रेजिडेंट्स। यह एक हाईएस्ट सिविक अवार्ड हैगा ओटवा के अंदर, जिहड़े 15 रेजिडेंट्स नू हर साल दिता जाता हैगा। जी, तो अनु क्यों चुनिया गया सी इस अवार्ड लई? जसलीन जी, जिहड़ा अवार्ड हैगा बेसिकली जिहड़ी जिहड़े रैकगनाइज करदा जिहड़े बंदे सिग्निफिकेंट कंट्रीब्यूशंस करदे ने इन देयर प्रोफेशनल एंडीवर्स इन द एरियाज ऑफ आर्ट, कल्चर, बिजनेस, फिलोथ्रपी, हेल्थ केयर, एजुकेशन, पब्लिक सर्विस, लेबर, कम्युनिकेशंस, मीडिया, कम्युनिटी सर्विस, साइंस, सपोर्ट्स एंड एंटरटेनमेंट एंड अदर फील्ड्स, जिहड़े कि बेसिकली टूवर्ड्स द बेनीफिट ऑफ ओटवा किए जाए। ਤੇ ਮੈਨੂੰ ਇਹ ਲੱਗਦਾ ਹੈ ਕਿ ਮੇਰੀ ਕੁਛ ਸਰਵਿਸਿਜ਼ ਤੋਂ ਜਿਹੜੇ ਮੇਰੇ ਭਰਾਵਾਂ ਨੇ, ਮੇਰੇ ਦੋਸਤਾਂ ਨੇ, ਸਾਰਿਆਂ ਨੇ ਕੀਤੀਆਂ, ਉਹ ਉਹਨਾਂ ਨੂੰ ਅੱਛੀਆਂ ਲੱਗੀਆਂ ਹੋਣਗੀਆਂ ਟੁਵਰਡਸ ਦਾ ਓਟਵਾ ਬੈਨੀਫਿਟਸ। ਸੋ ਆਈ ਵਾਜ਼ ਨੋਮੀਨੇਟਿਡ ਐਂਡ ਆਈ ਵਾਜ਼ ਚੂਜ਼ ਟੂ ਬੀ ਵਨ ਆਫ ਦੋਜ਼ 15 ਇਨ 2021। ਦਲਜੀਤ ਜੀ, ਸਿਵਿਕ ਅਵਾਰਡ ਹਾਸਲ ਕਰਨਾ ਆਪਣੇ ਆਪ ਦੇ ਵਿੱਚ ਇੱਕ ਵੱਡੀ ਅਚੀਵਮੈਂਟ ਹੈਗੀ ਹੈ, ਸੋ ਜਿਹੜੇ ਸਾਡੇ ਦਰਸ਼ਕ ਇਸ ਅਵਾਰਡ ਬਾਰੇ ਨਹੀਂ ਜਾਣਦੇ ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਕਿ ਕਿੰਨਾ ਇੰਪੋਰਟੈਂਟ ਹੈਗਾ ਅਵਾਰਡ, ਇਸ ਅਵਾਰਡ ਦੀ ਜਿਹੜੀ ਮਹੱਤਤਾ ਹੈਗੀ ਹੈ ਉਹ ਕੀ ਹੈ? ਸਭ ਤੋਂ ਪਹਿਲੇ ਤਾਂ ਮੈਂ ਇੱਕ ਚੀਜ਼ ਕਹਿ ਦੇਵਾਂ, ਇਵਨ ਦੋ ਇਸ ਅਵਾਰਡ 'ਤੇ ਮੇਰਾ ਨਾਮ ਹੈਗਾ, ਪਰ ਇਹ ਉਨ ਸਾਰਿਆਂ ਦਾ ਹੈਗਾ ਜਿਨ੍ਹਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਤੁਹਾਨੂੰ ਸ਼ਾਇਦ ਯਾਦ ਹੋਏਗਾ, 2-3 ਸਾਲ ਪਹਿਲੇ ਮੈਂ ਤੁਹਾਡੇ ਸਟੂਡੀਓ 'ਚ ਆ ਕੇ ਆਪਣੀ ਥੋੜ੍ਹੀ ਜਿਹੀ ਜਰਨੀ ਦੱਸੀ ਸੀਗੀ, ਔਰ ਉਸ ਵਿੱਚ ਮੈਂ ਕਿਹਾ ਸੀਗਾ ਕਿ ਇਹ ਜਿਹੜੀ ਆ ਕਮਿਊਨਿਟੀ ਸਰਵਿਸ ਹੈਗੀ ਹੈ ਜਾਂ ਗਿਵਿੰਗ ਬੈਕ ਹੈਗੀ ਹੈ, ਮੈਨੂੰ ਮੇਰੀ ਫੈਮਿਲੀ ਤੋਂ ਮੈਂ ਇਨਹੈਰਿਟ ਕੀਤੀ ਹੈ। ਮੇਰੇ ਫਾਦਰ ਨਿਸ਼ਕਾਮ ਕੰਮ ਕਰਦੇ ਰਹੇ ਅਤੇ ਮੈਂ ਉਹਨਾਂ ਤੋਂ ਇਨਹੈਰਿਟ ਕੀਤੀਆਂ। ਮੈਂ ਕਦੀ ਵੀ ਨਹੀਂ ਸੋਚਿਆ ਸੀਗਾ ਕਿ ਮੈਨੂੰ ਕਦੀ ਐਵਾਰਡ ਵੀ ਮਿਲੇਗਾ। ਇਹ ਮੇਰੇ, ਮੈਂ ਕਹਾਂਗਾ ਮੇਰੇ ਬਲੱਡ 'ਚ ਹੈਗਾ। ਮੈਂ ਕਈ ਵਾਰੀ ਆਪਣਾ ਐਜ਼ ਅ ਲਾਇਰ ਮੈਂ ਘੱਟ ਕੰਮ ਕਰਨਾ, ਪਰ ਅਗਰ ਇੱਥੇ ਕੋਈ ਕੰਮ ਆ ਜਾਏ ਤਾਂ ਮੈਂ ਜ਼ਿਆਦਾ ਕਰਨਾ। ਸੋ ਮੈਨੂੰ ਲੱਗਦਾ ਹੈ ਕਿ ਕੁਛ ਵੈਲ ਵਿਸ਼ਰਸ ਨੇ, ਕੁਛ ਦੋਸਤਾਂ ਨੇ, ਕੁਛ ਕਮਿਊਨਿਟੀ ਸਪੋਰਟਰਸ ਨੇ ਦੇਖਿਆ ਹੋਏਗਾ ਅਤੇ ਉਹਨਾਂ ਨੇ ਮੇਰਾ ਨਾਮ ਅੱਗੇ ਕਰ ਦਿੱਤਾ ਔਰ ਇਹ ਮੈਨੂੰ ਓਨਰ ਉਹਨਾਂ ਨੇ ਦਵਾਇਆ। ਜੀ ਇਹ ਜਿਹੜਾ ਪ੍ਰੈਸਟੀਜੀਅਸ ਅਵਾਰਡ ਹੈਗਾ ਸਿਵਿਕ ਅਵਾਰਡ, ਓਟਵਾ ਸਿਟੀ ਵੱਲੋਂ ਸਾਲ 2012 ਦੇ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੇ ਕਮਿਊਨਿਟੀ ਦੇ ਵਿੱਚ ਹੁਣ ਤੱਕ ਚੰਗੀਆਂ ਸੇਵਾਵਾਂ ਦਿੱਤੀਆਂ ਨੇ, ਚੰਗੀ ਸਰਵਿਸਿਜ਼ ਦਿੱਤੀ ਹੈ। ਸੋ ਤੁਸੀਂ ਇਸ ਅਵਾਰਡ ਲਈ ਆਪਣਾ ਕ੍ਰੈਡਿਟ ਕਿਹਨੂੰ ਦਿੰਦੇ ਹੋ? ਭਾਵੇਂ ਨਾਮ ਮੇਰਾ ਹੈਗਾ, ਲੇਕਿਨ ਮੈਂ ਪੂਰਾ ਦਾ ਪੂਰਾ ਜਿਹੜਾ ਇਹਦਾ ਸ਼੍ਰੇ ਹੈਗਾ, ਜਿਹੜਾ ਇਸਦਾ ਕ੍ਰੈਡਿਟ ਹੈਗਾ, ਉਹ ਮੈਂ ਸਾਰੇ ਆਪਣੇ ਪ੍ਰੋਫੈਸਰਸ ਨੂੰ, ਆਪਣੇ ਸਟੂਡੈਂਟਸ ਨੂੰ, ਆਪਣੇ ਕਲੀਗਸ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਕਮਿਊਨਿਟੀ ਵਾਲੰਟੀਅਰਸ ਨੂੰ ਐਂਡ ਮੀਡੀਆ ਪਰਸਨੈਲਿਟੀਜ਼ ਨੂੰ, ਜਿਨ੍ਹਾਂ ਨੇ ਕਈ ਵਾਰੀ ਸਾਡੇ ਇਵੈਂਟਸ ਨੂੰ ਕਵਰ ਕੀਤਾ ਔਰ ਅੱਗੇ ਵਧਾਇਆ, ਔਰ ਅਬਵ ਆਲ ਮੇਰੀ ਫੈਮਿਲੀ, ਜਿਨ੍ਹਾਂ ਨੇ ਹਮੇਸ਼ਾ ਮੈਨੂੰ ਸਪੋਰਟ ਕੀਤਾ ਔਰ ਮੇਰੇ ਕੌਜ਼ਿਸ ਨੂੰ ਅੱਗੇ ਆਉਣ ਵਿੱਚ ਮੈਨੂੰ ਟਾਈਮ, ਮੈਨੂੰ ਸਪੇਅਰ ਕੀਤਾ। ਮੈਂ ਸਿਰਫ ਨਾਮ ਹਾਂ, ਲੇਕਿਨ ਮੈਂ ਡੈਡੀਕੇਟ ਉਨ ਸਾਰਿਆਂ ਨੂੰ ਕਰਨਾ, ਕਿਉਂਕਿ ਇਹ ਉਨ ਸਾਰਿਆਂ ਦਾ ਅਵਾਰਡ ਹੈਗਾ, ਇਹ ਮੇਰੇ ਇਕੱਲੇ ਦਾ ਨਹੀਂ ਹੈਗਾ। ਦਲਜੀਤ ਜੀ, ਐਜ਼ ਅ ਸਿਟੀਜ਼ਨ ਆਈ ਥਿੰਕ ਇਹ ਸਾਰਿਆਂ ਦੀ ਮੋਰਲ ਰਿਸਪੋਂਸਿਬਿਲਿਟੀ ਹੈਗੀ ਹੈ ਇੱਕ ਦੂਸਰਿਆਂ ਦਾ ਖਿਆਲ ਰੱਖਣਾ, ਔਰ ਜਦੋਂ ਤੁਹਾਨੂੰ ਖਾਸ ਕਰਕੇ ਸਿਟੀ ਵੱਲੋਂ ਇੱਕ ਸਿਵਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਤਾਂ ਡੈਫੀਨੇਟਲੀ ਰਿਸਪੋਂਸਿਬਿਲਿਟੀ ਵੱਧ ਜਾਂਦੀ ਹੈ, ਉਮੀਦਾਂ ਵੱਧ ਜਾਂਦੀਆਂ ਨੇ। ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕੀ ਰਿਸਪੋਂਸਿਬਿਲਿਟੀ ਹੋਏਗੀ ਤੁਹਾਡੀ, ਔਰ ਕਮਿਊਨਿਟੀ ਦੇ ਪ੍ਰਤੀ ਕੀ ਤਰਜੀਹਾਂ ਰਹਿਣਗੀਆਂ? ਸੋ
ਜਿਵੇਂ ਕਹਿੰਦੇ ਆ ਲਾਈਫ ਇਜ਼ ਅ ਜਰਨੀ, ਇਟਸ ਨਾਟ ਅ ਡੈਸਟੀਨੇਸ਼ਨ। ਤੇ ਇਸ ਅਵਾਰਡ ਨੇ ਮੇਰੇ ਤੇ ਜ਼ਿੰਮੇਵਾਰੀਆਂ ਹੋਰ ਪਾਤੀਆਂ ਨੇ, ਕਿਉਂਕਿ ਹੁਣ ਉਮੀਦਾਂ ਹੋਰ ਵੱਧ ਗਈਆਂ ਨੇ। ਮੈਂ ਹੁਣ ਹੋਰ ਦੇਖਣਾ ਹੈ ਕਿ ਮੈਂ ਹੁਣ ਹੋਰ ਅੱਗੇ ਜਿੰਨੀ ਮੇਰੀ ਹਿੰਮਤ ਹੈ ਔਰ ਮੈਂ ਹੋਰ ਅੱਗੇ ਕਿੰਨਾ ਕਰ ਸਕਦਾ ਹੈਗਾ। ਔਰ ਮੈਨੂੰ ਉਮੀਦ ਹੈਗੀ ਹੈ ਕਿ ਤੁਸੀਂ ਸਾਰੇ ਮੇਰੇ ਦੋਸਤ, ਮੇਰੀ ਫੈਮਿਲੀ ਮੈਨੂੰ ਉਸ ਤਰ੍ਹਾਂ ਹੀ ਸਪੋਰਟ ਔਰ ਗਾਈਡੈਂਸ। ਗਾਈਡੈਂਸ ਇੱਕ ਬੜਾ ਇੰਪੋਰਟੈਂਟ ਚੀਜ਼ ਹੈਗੀ ਔਰ ਮੈਂ ਬੜਾ ਫੋਰਚੁਨੇਟ ਰਿਹਾ ਇਸ ਮਾਮਲੇ 'ਚ ਕਿ ਮੈਂ ਜਦ ਵੀ ਕਿਸੇ ਨੂੰ ਅਪਰੋਚ ਕੀਤਾ ਸੁਜੈਸ਼ਨਸ ਵਾਸਤੇ, ਅਮੈਂਡਮੈਂਟਸ ਵਾਸਤੇ, ਰਿਫਾਈਨਮੈਂਟ ਵਾਸਤੇ ਕਿ ਮੈਨੂੰ ਦੱਸੋ ਮੈਂ ਕਿੱਥੇ ਗਲਤ ਹੈਗਾ, ਮੈਨੂੰ ਕੀ ਕਰਨਾ ਚਾਹੀਦਾ, ਤੇ ਮੈਨੂੰ ਬਹੁਤ ਅੱਛੀ ਸਲਾਹਾਂ ਮਿਲੀਆਂ ਨੇ ਜਿਸ ਕਰਕੇ ਅੱਜ ਮੈਂ ਇੱਥੇ ਪਹੁੰਚਿਆ ਹਾਂ। ਜੀ, ਬਿਲਕੁਲ। ਪਿਛਲੇ ਕਈ ਦਹਾਕਿਆਂ ਤੋਂ ਤੁਸੀਂ ਕਮਿਊਨਿਟੀ ਦੀ ਸੇਵਾ ਕਰਦੇ ਆਏ ਹੋ ਐਂਡ ਹਰ ਇਵੈਂਟ ਦੇ ਵਿੱਚ ਤੁਸੀਂ ਆਪਣਾ ਯੋਗਦਾਨ ਪਾਇਆ ਹੈ। ਕਈ ਕਮਿਊਨਿਟੀ ਅਵਾਰਡਸ ਨਾਲ ਤੁਹਾਨੂੰ ਸਨਮਾਨਿਤ ਕੀਤਾ ਗਿਆ ਹੈ। ਸੋ ਸਾਡੇ ਦਰਸ਼ਕਾਂ ਦੇ ਨਾਲ ਸਾਂਝਾ ਕਰਨਾ ਚਾਹੋਗੇ ਕਿ ਹੁਣ ਤੱਕ ਦੀ ਓਟਵਾ ਦੇ ਵਿੱਚ ਜਿਹੜੀ ਤੁਹਾਡੀ ਜਰਨੀ ਹੈ ਉਹ ਕਿਸ ਤਰ੍ਹਾਂ ਰਹੀ ਹੈ? ਤੁਹਾਨੂੰ ਮੈਂ ਫਿਰ ਰੈਫਰ ਕਰਾਂਗਾ ਤੁਹਾਡੀ ਤੁਹਾਡੀ ਮੀਟਿੰਗ ਵਿੱਚ, ਔਰ ਤੁਹਾਨੂੰ ਕ੍ਰੈਡਿਟ ਔਰ ਥੈਂਕ ਯੂ ਕਰਨਾ ਕਿ ਤੁਸੀਂ ਜਿਹੜੀ ਮੇਰੀ ਔਰ ਲਾਈਫ ਜਰਨੀ ਲਿਖੀ ਲਿਖੀ ਦਿੱਤੀ ਹੈ, ਮੈਂ ਤੁਹਾਡੇ ਸਟੂਡੀਓ ਆ ਕੇ ਦਿੱਤੀ ਸੀਗੀ। ਮੈਨੂੰ ਇੰਡੀਆ ਤੋਂ ਇੰਨੇ ਫੋਨ ਆਏ ਮੇਰੇ ਦੋਸਤਾਂ ਨੇ ਜਿਹੜਿਆਂ ਨੂੰ ਮੈਂ 20 ਸਾਲ ਪਹਿਲੇ ਛੱਡ ਆਇਆ ਸੀਗਾ, ਤੇ ਉਹ ਵੀ ਹੈਰਾਨ ਹੋਏ ਕਿ ਬਈ ਤੇਰੀ ਇਹ ਜਰਨੀ ਸੀਗੀ ਵੀ ਕਿੱਥੋਂ ਸ਼ੁਰੂ ਹੋ ਕੇ ਤੂੰ ਕਿੱਥੋਂ ਪਹੁੰਚਿਆ। ਸੋ ਦੂਜੀ ਗੱਲ ਹੈਗੀ ਹੈ ਕਿ ਇਹ ਜਿਹੜੀ ਜਰਨੀ ਸੀਗੀ ਜਿਵੇਂ ਮੈਂ ਦੱਸਿਆ ਸੀਗਾ, ਮੈਂ 2000 ਚ ਹੀ ਆਇਆ ਸੀਗਾ, ਮੈਨੂੰ 21 ਸਾਲ ਹੋਏ ਨੇ। ਲੇਕਿਨ 2003 ਤੋਂ ਜਦ ਮੈਂ ਆਰਟੀਕਲ ਕਰਕੇ 2004 ਤੋਂ ਆਪਣੀ ਪ੍ਰੈਕਟਿਸ ਸ਼ੁਰੂ ਕੀਤੀ, ਉਸੀ ਮਹੀਨੇ ਉਸੀ ਸਾਲ ਤੋਂ ਮੈਂ ਕਿਸੇ ਨਾ ਕਿਸੇ ਆਪਣੇ ਪ੍ਰੋਜੈਕਟ 'ਚ ਇਵੈਂਟ 'ਚ ਜੁੜਿਆ ਰਿਹਾ। ਔਰ ਜਿਵੇਂ ਮੈਂ ਦੱਸਿਆ ਹੈਗਾ ਕਿ ਕਈ ਵਾਰੀ ਮੈਂ ਆਪਣੀ ਲਾਅ ਪ੍ਰੈਕਟਿਸ ਦਾ ਕੰਮ ਭੁੱਲ ਜਾਂਦਾ, ਕਈ ਵਾਰੀ ਮੇਰੇ ਕਲਾਇੰਟ ਮੇਰੇ ਕੋਲ ਨਾਰਾਜ਼ ਹੋ ਜਾਂਦੇ ਨੇ ਕਿ ਬਈ ਤੂੰ ਸਾਨੂੰ ਟਾਈਮ ਤੇ ਜਵਾਬ ਨਹੀਂ ਦਿੱਤਾ। ਲੇਕਿਨ ਮੈਂ ਕੋਈ ਕਮਿਊਨਿਟੀ ਦਾ ਇਵੈਂਟ ਹੋਏ ਜਾਂ ਉਹ ਕੌਜ਼ ਹੋਵੇ ਉਹਨੂੰ ਮੈਂ ਪ੍ਰੈਫਰੈਂਸ ਦੇਣਾ, ਮੈਂ ਮਿਸ ਨਹੀਂ ਕਰਦਾ। ਔਰ ਹੁਣ ਇਸ ਓਨਰ ਤੋਂ ਬਾਅਦ ਉਹ ਜ਼ਿੰਮੇਵਾਰੀ ਹੋਰ ਵੱਧ ਗਈ ਹੈ, ਤੇ ਆਈ ਹੋਪ ਕਿ ਮੈਨੂੰ ਉਸ ਤਰ੍ਹਾਂ ਗਾਈਡੈਂਸ ਔਰ ਸਪੋਰਟ ਮਿਲਦੀ ਰਹੇਗੀ। ਜੀ, ਦਲਜੀਤ ਜੀ, ਅਸੀਂ ਆਪਣੀ ਗੱਲਬਾਤ ਦਾ ਸਿਲਸਿਲਾ ਇਸ ਤਰ੍ਹਾਂ ਜਾਰੀ ਰੱਖਾਂਗੇ, ਪਰ ਫਿਲਹਾਲ ਸਮਾਂ ਹੋ ਗਿਆ ਇੱਕ ਛੋਟੀ ਜੀ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡੇ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਇਸ ਖਾਸ ਪੇਸ਼ਕਸ਼ ਦੇ ਵਿੱਚ। ਸਾਡੀ ਗੱਲਬਾਤ ਚੱਲ ਰਹੀ ਹੈ ਦਲਜੀਤ ਨਿਰਮਾਨ ਜੀ ਦੇ ਨਾਲ, ਜਿਨ੍ਹਾਂ ਨੂੰ ਹਾਲ ਹੀ ਦੇ ਵਿੱਚ ਓਟਵਾ ਸਿਟੀ ਵੱਲੋਂ ਸਿਵਿਕ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਦਲਜੀਤ ਜੀ, 2019 ਦੇ ਵਿੱਚ ਤੁਹਾਨੂੰ ਸਿਟੀ ਵੱਲੋਂ ਓਟਵਾ ਪੁਲਿਸ ਬੋਰਡ ਦੇ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ ਸੀ ਐਂਡ ਯੂ ਆਰ ਦਾ ਫਸਟ ਸਾਊਥ ਏਸ਼ੀਅਨ ਜਿਸ ਨੂੰ ਓਟਵਾ ਪੁਲਿਸ ਬੋਰਡ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ। ਹੁਣ ਤੱਕ ਦਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ? ਥੈਂਕ ਯੂ ਜਸਟੀਨ ਜੀ। ਬੜਾ ਬੜਾ ਹੀ ਐਕਸਾਈਟਿੰਗ, ਵੈਰੀ ਇਨਵੋਲਵਡ, ਕਿਉਂਕਿ ਇਹ ਜਿਹੜਾ ਪੁਲਿਸ ਸਰਵਿਸਿਸ ਬੋਰਡ ਹੈਗਾ ਜਿੱਥੇ ਸਾਡੇ 2000 ਇੰਪਲੋਈਜ ਹੈਗੇ ਨੇ, ਬੋਥ ਸਵਾਨ ਐਂਡ ਸਿਵਿਲੀਅਨਸ, ਔਰ ਮੈਂ ਹਮੇਸ਼ਾ ਕਹਿੰਦਾ ਇਹ ਇਨ ਐਕਸ਼ਨ ਬੋਰਡ ਹੈਗਾ, ਇਹ ਦੂਜੇ ਬੋਰਡ ਦੀ ਤਰ੍ਹਾਂ ਨਹੀਂ ਹੈਗਾ ਜਿਵੇਂ ਮੈਂ ਯੂਨਾਈਟਿਡ ਵੇ ਦੇ ਬੋਰਡ ਤੇ ਸੀ ਹੈਗਾ ਸੀ, ਉਸੀ ਸੋ ਓਟਵਾ ਕਮਿਊਨਿਟੀ ਇਮੀਗ੍ਰੈਂਟ ਸਰਵਿਸਿਸ ਆਰਗਨਾਈਜੇਸ਼ਨ ਜਿਹੜੇ ਨਵੇਂ ਇਮੀਗ੍ਰੈਂਟਸ ਰਿਫਿਊਜੀਸ ਨੂੰ ਸੈਟਲਮੈਂਟ ਕਰਦੇ ਨੇ, ਮੈਂ ਉੱਥੇ 6 ਸਾਲ ਰਿਹਾ। ਅੱਜ ਕੱਲ੍ਹ ਮੈਂ ਸਨੋ ਸੂਟ ਫੰਡ 'ਚ ਹੈਗਾ, ਜਿੱਥੇ ਅਸੀਂ ਬੱਚਿਆਂ ਨੂੰ 14 ਸਾਲ ਦੇ ਬੱਚਿਆਂ ਨੂੰ ਤੱਕ ਨੂੰ ਨਵੇਂ ਸਨੋ ਸੂਟ ਦਿੰਦੇ ਹਾਂ ਤਾਂ ਕਿ ਉਹਨਾਂ ਨੂੰ ਠੰਡ ਨਾ ਲੱਗੇ, ਅੱਜ ਕੱਲ੍ਹ ਮੈਂ ਉੱਥੇ ਹੈਗਾ। ਲੇਕਿਨ ਉਨ ਸਾਰੇ ਬੋਰਡਸ ਤੋਂ ਇਹ ਬਿਲਕੁਲ ਬੋਰਡ ਡਿਫਰੈਂਟ ਹੈਗਾ। ਇੱਕ ਤੇ ਬੜੀ ਪਬਲਿਕ ਰਿਸਪੋਂਸਿਬਿਲਿਟੀ ਹੈ ਔਰ ਡੇ ਟੂ ਡੇ ਬੇਸਿਸ ਹੈ। ਹੁਣ ਜਿਵੇਂ ਸਪੋਜ਼ 2 ਹਫ਼ਤੇ ਪਹਿਲੇ ਕਿਤੇ ਸ਼ੂਟਿੰਗ ਹੋ ਗਈ, ਸੋ ਉਹ ਸਾਰਾ ਤੁਹਾਡਾ ਟਾਈਮ ਜਿਹੜਾ ਫਿਰ ਉੱਥੇ ਰਿਪੋਰਟਸ ਲੈਣ 'ਚ ਔਰ ਦੇਖਣ 'ਚ ਕਿ ਬਈ ਪੂਰਾ ਐਕਸ਼ਨ ਹੋ ਰਿਹਾ ਕਿ ਨਹੀਂ। ਇਵਨ ਦੋ ਅਸੀਂ ਓਪਰੇਸ਼ਨਲ ਐਸਪੈਕਟ 'ਚ ਦਖਲ ਨਹੀਂ ਦੇ ਸਕਦੇ ਵੀ ਇਨਵੈਸਟੀਗੇਸ਼ਨ ਕਿਸ ਤਰ੍ਹਾਂ ਚੱਲ ਰਹੀ ਹੈ ਕਿਉਂ, ਲੇਕਿਨ ਜਿਹੜੀ ਸਟ੍ਰੈਟੇਜਿਕ ਐਡਵਾਈਸ ਹੈਗੀ ਹੈ ਉਹ ਸਾਡੀ ਚਲਦੀ ਰਹਿੰਦੀ ਹੈ। ਜਿਵੇਂ ਹੁਣ ਇਹ ਪਿੱਛੇ 2 ਹਫ਼ਤੇ ਪਹਿਲੇ ਸਾਡਾ ਬਜਟ ਓਟਵਾ ਪੁਲਿਸ 2022 ਦਾ ਬਜਟ ਹੋਇਆ, ਕਾਉਂਟਲੈਸ ਆਵਰਸ, ਆਈ ਕੈਨ ਟੈਲ ਯੂ ਕਾਉਂਟਲੈਸ ਆਵਰਸ ਅਸੀਂ ਉਸ ਦੇ ਵਿੱਚ ਪਾਏ ਇਹ ਦੇਖਣ ਵਾਸਤੇ ਕਿ ਕਿਵੇਂ ਦਾ, ਕਿਉਂਕਿ ਅਸੀਂ ਰੀਕਨਸਾਈਲ ਕਰਨਾ ਸੀਗਾ, ਬੈਲੈਂਸ ਕਰਨਾ ਸੀਗਾ। ਕਮਿਊਨਿਟੀ ਕਹਿ ਰਹੀ ਸੀਗੀ ਕਿ ਪੁਲਿਸ ਦੇ ਪੈਸੇ ਕਟਾਓ, ਪੁਲਿਸ ਵਾਲੇ ਕਹਿ ਰਹੇ ਸੀ ਨਹੀਂ, ਤੇ ਉਹ ਕਿਸ ਤਰ੍ਹਾਂ ਉਹਨੂੰ ਰੀਕਨਸਾਈਲ ਕਰਕੇ, ਬੈਲੈਂਸ ਕਰਕੇ, ਉਹ ਐਫੀਸ਼ੀਐਂਸੀਆਂ ਕੱਢ ਕੇ ਉਹ ਕੀਤਾ। ਸੋ ਇਵਨ ਦੋ
जिहड़े आम लोग ने, वो सिर्फ देखते हैं कि पुलिस इज ऑन द रोड, लेकिन इसके पिछे इन्ना काम है, इन्ना काम हैगा। लेकिन मैं एक चीज बड़े मान नाल कहना कि मैं शुक्रिया करना अगेन अपने कम्युनिटी का, और इत्थे दी जिहड़ी मिनिस्टर हैगी है, मिनिस्टर लीजा मकलाउड, और सॉलिसिटर जनरल सिल्विया जॉन्स, और प्रीमियर डग फोर्ड का, जिन्ह ने यह मौका दिता मैनू इत्थे अपॉइंट करन दा और सर्विस करन दा। मैं तुहानू यह दस सकना कि जिन्ना जद मैं इत्थे कोई ऐसा काम करना या प्रपोजल देना या सजेशन देना जिस से मैं सर्विस से चेंजेस लियाना, जिहड़ियां कि जिवें जिवें मैं चैंपियन किया इक्विटी डायवर्सिटी एंड इंक्लूजन नू। मैं पिछले साल जद जॉर्ज फ्लॉयड इंसीडेंट होया सीगा, उस तो बाद इत्थे मैं एक मोशन लिया सीगा जिस उसे मैं स्पेशल दिता सीगा अगेंस्ट सिस्टमिक रेसिज्म, और मैं उत्थे खत्म नहीं कर दिता। मैं फिर एक कमेटी बनाई, कमेटी दे नाल साढ़े एक होर काउंसलर है, उन्होंने नाल असी लगातार काम कर रहे हैं, प्रोग्रेस नू वॉच कर रहे हैं कि किस तरह चल रहा है। लेकिन यह सारिया गल्लां तो बाद मैं एक चीज होर कह देवा, वी आर नॉट परफेक्ट, वी आर नॉट परफेक्ट, बट स्टिल वर्क हैज टू कंटिन्यू एंड विल कंटिन्यू। जी, और जिस तरह मैं पहला भी कहा है कि कम्यूनिटी के विच तुसी काफ़ी लंबे समय तो काम करते आ रहे हो, कई कम्यूनिटी अवार्ड्स तुहानू मिले ने, तुसी एज अ वॉलंटियर काम किया है, एज अ स्पीकर तुसी काम करते हो एंड राइटर भी हैगे हो, इस तो अलावा 2 दहाकिया तो वध समय दा तुहाडे कोल लीगल एक्सपीरियंस भी हैगा है। सो असी जे पेंडेमिक दे दिनां दी गल करिए ते काफ़ी लोगों ने उतार चढ़ाव देखे पेंडेमिक दे दिनों दौरान, तुहाडा समा किस तरह लग्या और हुण साल 2021 तो बाद हुण साल 2022 दे विच तुसी किस तरह दी उम्मीदां रखते हो? जसलीन जी, हिस्ट्री कहती है कि जब भी पेंडेमिक इस ग्लोबल कंसर्न का आंदा है, चेंजेस ले आंदा है, कुछ अच्छी और कुछ माड़ियाँ। हम माड़ियाँ मैं कहूँगा कि जेडे स्मॉल बिजनेसिस या जेडे साडे कम्युनिटी दे लोग सीगे या पीपल ऑफ कलर सीगे, विजिबल माइनॉरिटीज सीगे, जेडे बेचारे फैक्ट्रीज या फ्रंट लाइन काम करते सीगे, जेडे ज्यादातर वो इफेक्टेड होए क्योंकि वो सर्विसेज बंद नहीं हो सकियां सीगियां, और उन्होंने बेचारे जाना पिया, और वो काफी जिमें ब्रैमटन च होया, कैलगरी च होया, उन्होंने सफर किया। सो वो मार सी, लेकिन जेड़ा फायदा होया कि असी इस तो बहुत कुछ सीखिया। जिमें अज एक छोटा जा एग्जाम्पल देवा, पहले कोविड तो पहले अगर मैं तुसी मैनू इंटरव्यू करना सी या मैं तुहानू इंटरव्यू करना सी, मैनू या तुहाडे स्टूडियो आना पैंदा सी या तुहानू आना पैंदा सी। लेकिन हुण असी अपने कंफर्ट च बह के, ऑफिस दे बह के और उस दे बह के एक दूजे नाल पहुंच सकने हैं। दूजा मेजर बेनिफिट जिहड़ा मैं देखिया वो हैगा अप्रोच ऑफ द लाइक माइंडेड पीपल अराउंड द वर्ल्ड। हुण असी इत्थे कोई भी चीज करनी हुंदी है, ते जिवें हुण असी पुलिस की कोई कॉन्फ्रेंस कर रहे हैं या कोई डिस्कशन कर रहे हैं ईडीआई के उपर, सिस्टमिक रेसिज्म के उपर, या हाउ टू इंप्रूव पुलिसिंग, असी इत्थे बह के वैंकूवर, कैलगरी, इवन दिल्ली और सिंगापुर और हांगकांग और यूएस, उन्होंने नाल लिया सकने हैं और सारे डिस्कशन कर सकते हैं, तो यह पॉजिटिव हैगा। लेकिन इस दे नाल नाल तीजा जो मेजर चीज है वो असी यह देखनी है, और जिवें मैं तुहानूं दस्सिया है कि मैं कम्युनिटी नाल इनवॉल्व हैगा और वो काम जरूर करता रहना, मैं अपील करना और रिक्वेस्ट करना कि जेडे स्मॉल बिजनेसिस हैगे ने, नॉट लाइक एमेजॉन, माइक्रोसॉफ्ट, और जेडे उन्हां दी सपोर्ट और उन्हां दी हेल्प प्लीज कंटिन्यू रखो, उन्हां दी हेल्प करो, बिकॉज दे नीड आवर सपोर्ट एज वेल। जी जी बिल्कुल। दलजीत जी, अखीर दे विच जांदे जांदे की सुनेहा देना चाहोगे साडे दर्शकां नूं? देखो, सानू सानू है सानू है जिहड़ा जीवन मिलिया हैगा, जिहड़ा सानू है देह रोग मिली है, जिहड़ी सानू गुरु महाराज ने दित्ती हैगी है, रोटी रोटी खाना पीना असी सब खा लेने हैं, सब करते ने। लेकिन मेरी आई मैं जो अपनी लाइफ तो यह सीखा हैगा कि तुसी कुछ भी काम कर्म करो, कुछ भी ओदी इच्छा ना करो, फल ना करो, तो थल पावर जिहड़ी हैगी है वो तुहानू देख रही है। और तीजी गल जिहड़ी हैगी, अगर तुहाडे कोल कुछ है, अगर तुहाडे कोल $100 हैगे, तो 10 दान कर दिओ, जो साडे गुरु महाराज दसवंत कहिंदे सीगे।
अगर तुहाड़े कोल 1,000 हैगा तो कोशिश करो 100 देने की, और अगर तुसी कुछ होर कर सकते हो, अगर पैसा नहीं दे सकते कोई गल नहीं, तो फिजिकली हेल्प कर दियो, लेकिन प्लीज कंटिन्यू रखो, क्योंकि एक बंदा कुछ नहीं कर सकता, लेकिन अगर सारे जुड़ जान, हम जिमें खालसा एड देखो, मतलब कितने भी होंगे कोई भी, हम जिमें एबट स्पोर्ट होया इंसीडेंट, तो सब असी देख रहे थे कि कद सिख अगे आएंगे, और देखो विद इन 24 आवर्स सारे आ गए, और उन्होंने लंगर और शुरू कर दिता। सानू यह जी दात मिली है लंगर दी और सेवा दी, ए सानू कंटिन्यू रखनी चाहिए है, और मैं बहुत 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 शुक्रिया करना सारे का, इन्होंने मैनू हमेशा गाइडेंस और सपोर्ट दी, और मैं जो कर सकना आखिरी सांस तक वो करा। जी दलजीत जी, बहुत बहुत धन्यवाद थोड़ा साडे नाल जुड़न दे लई, बहुत वधिया लगे थोड़े नाल गल करके, ते असीं उम्मीद करदे हां कि तुसीं कम्युनिटी नूं अजिहियां सर्विसेज देंदे रहो, ते इसे टीवी तुहानूं लगातार इसे तरह सन्मानित करदी रहे। थैंक यू सो मच फॉर ज्वाइनिंग बीडीसी पंजाबी, एंड वी विश यू गुड लक।